ਹਾਂਜੀ ਲੈ ਕੇ ਆਏ ਵੀਡੀਓ ਕੈਨੇਡਾ ਕਬੱਡੀ ਕੱਪਾਂ ਦੇ ਫਾਈਨਲ ਰਿਜ਼ਲਟ ਦੀ ਅਤੇ ਨਾਲ ਹੀ ਬੀਸੀ ਫੈਡਰੇਸ਼ਨ ਦੇ ਪੂਰੇ ਸੀਜ਼ਨ ਦੇ ਬੈਸਟ ਰੇਡਰ ਅਤੇ ਜਾਫੀ ਦੀ ਵੀ ਗੱਲ ਕਰਾਂਗੇ ਕੌਣ ਬਣੇ ਹੈਗੇ। ਉਸ ਤੋਂ ਪਹਿਲਾਂ ਜੇ ਤੁਸੀਂ ਇਸ ਚੈਨਲ 'ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ 'ਤੇ ਲੈ ਕੇ ਆਉਂਦੇ ਹਾਂ ਅਤੇ ਗੱਲ ਕਰਦੇ ਹਾਂ ਫਾਈਨਲ ਰਿਜ਼ਲਟ ਦੀ। ਅਤੇ ਪਹਿਲਾਂ ਗੱਲ ਕਰਾਂਗੇ ਕੈਨੇਡਾ ਦੇ ਐਵੇ ਕਬੱਡੀ ਕੱਪ ਦੇ ਫਾਈਨਲ ਰਿਜ਼ਲਟ ਦੀ। ਅਤੇ ਇੱਥੇ ਫਾਈਨਲ ਮੈਚ ਹੋਇਆ ਸੀ DAV ਸਰੀ ਅਤੇ ਹਰਜੀਤ ਬਾਜਾ ਖਾਨਾ ਕਬੱਡੀ ਕਲੱਬ ਦੀਆਂ ਟੀਮਾਂ ਦੇ ਵਿਚਕਾਰ। ਇਹਦੇ ਵਿੱਚੋਂ ਹਰਜੀਤ ਬਾਜਾ ਖਾਨਾ ਕਬੱਡੀ ਕਲੱਬ ਸੈਕੰਡ ਅਤੇ DAV ਸਰੀ ਫਸਟ। ਅਤੇ ਇੱਥੋਂ ਬੈਟਰ ਰੇਡਰ ਬਣੇਗਾ ਅੰਬਾਸੁਰ ਸਿੰਘ ਵਾਲਾ, 20 ਕਬੱਡੀਆਂ ਪਾ ਕੇ 18 ਨੰਬਰ ਲਏ। ਅਤੇ ਵੇਟ ਜਾਫੀ ਬਣੇਗਾ ਅੰਕਰ ਬਾਹੂ ਅਕਬਰਪੁਰ, 6 ਟੱਚ ਲੈ ਕੇ 2 ਜੱਫੇ ਲਾਏ। ਅੱਗੇ ਗੱਲ ਕਰਦੇ ਕੈਨੇਡਾ ਦੇ ਐਡਮਿੰਟਨ ਕਬੱਡੀ ਕੱਪ ਦੇ ਫਾਈਨਲ ਰਿਜ਼ਲਟ ਦੀ। ਉੱਥੇ ਫਾਈਨਲ ਮੈਚ ਹੋਇਆ ਸੀ ਪੰਜਾਬ ਟਾਈਗਰ ਅਤੇ ਐਬਸਪੋਰਟ ਦੀਆਂ ਟੀਮਾਂ ਦੇ ਵਿਚਕਾਰ। ਇਹਦੇ ਵਿੱਚੋਂ ਐਬਸਪੋਰਟ ਫਸਟ ਅਤੇ ਪੰਜਾਬ ਟਾਈਗਰ ਸੈਕੰਡ। ਅਤੇ ਐਡਮਿੰਟਨ ਦੇ ਇਸ ਮੇਲੇ ਦੇ ਬੈਸਟ ਰੇਟਰ ਅਤੇ ਜਾਫੀ ਬਣਿਆਗੇ, ਰੇਟਰ ਬਣਿਆ ਰਵੀ ਕੈਲਰ ਵਾਲਾ ਅਤੇ ਬੈਟ ਜਾਫੀ ਬਣੇਗਾ ਖੁਸ਼ੀ ਦੁੱਗਾ ਵਾਲਾ। ਅਤੇ ਹੁਣ ਗੱਲ ਕਰਦੇ BC ਫੈਡਰੇਸ਼ਨ ਦੇ ਬੈਸਟ ਰੇਡਰ ਅਤੇ ਜਾਫੀ ਬਾਰੇ ਅਤੇ ਪੂਰੇ ਸੀਜ਼ਨ ਦੀ ਬੈਸਟ ਟੀਮ ਬਾਰੇ। ਅਤੇ ਪੂਰੇ ਸੀਜ਼ਨ ਦੀ ਬੈਸਟ ਟੀਮ ਬਣੀ ਹੈਗੀ BC ਯੂਨਾਈਟਡ ਕੈਲਗਰੀ। ਅਤੇ ਹੁਣ ਗੱਲ ਕਰਦੇ ਪੂਰੇ ਸੀਜ਼ਨ ਦੇ ਬੈਸਟ ਰੇਡਰ ਅਤੇ ਜਾਫੀ ਦੀ। ਬੈਸਟ ਰੇਡਰ ਬਣੇਗਾ ਭੂਰੀ ਛੰਨਾ ਵਾਲਾ, 346 ਕਬੱਡੀਆਂ ਪਾ ਕੇ 321 ਨੰਬਰ ਲਏ ਅਤੇ ਸੀਜ਼ਨ ਦਾ ਬੈਸਟ ਰੇਡਰ ਬਣਿਆ ਅਤੇ ਲਗਾਤਾਰ ਤੀਜੀ ਵਾਰੀ ਬਣਿਆ ਬੈਸਟ ਰੇਡਰ BC ਫੈਡਰੇਸ਼ਨ ਦਾ। ਅਤੇ ਪੂਰੇ ਸੀਜ਼ਨ ਦਾ ਬੈਸਟ ਜਾਫੀ ਬਣੇਗਾ ਜੱਗਾ ਚਿੱਟੀ ਵਾਲਾ। ਹਾਂਜੀ, ਇਹਨਾਂ ਖਿਡਾਰੀਆਂ ਦੇ ਪੂਰੇ ਸੀਜ਼ਨ ਦੇ ਬੈਸਟ ਵੰਡ ਦੇ ਮੌਕੇ 'ਤੇ ਵਧਾਈਆਂ ਜ਼ਰੂਰ ਦੇ ਕੇ ਜਾਣਾ ਕਮੈਂਟਾਂ ਦੇ ਵਿੱਚ। ਅਤੇ ਹਾਂਜੀ, ਇਹ ਸੀ ਵੀਡੀਓ ਕੈਨੇਡਾ ਕਬੱਡੀ ਕੱਪਾਂ ਦਾ ਫਾਈਨਲ ਰਿਜ਼ਲਟ 'ਤੇ। ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ, ਅਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ। ਧੰਨਵਾਦ ਜੀ।